ਕਰ ਮਾਨ ਸਾਹਿਬ ਤੁਹਾਡਾ ਵੀ ਅਗਲੀਆਂ ਵੋਟਾਂ ਚ ਪੰਜਾਬ ਦੇ ਲੋਕ ਮਾਨ ਸਤਿਕਾਰੀ ਕਰਨਗੇ ਬਸ ਤੇ ਮਾਨ ਇੱਥੇ ਕੀ ਦਿੱਤਾ ਤੁਹਾਨੂੰ ਹੋਰ ਅਸੀਂ ਵੀ ਤੁਹਾਡੀਆਂ ਕੋਈ ਕੋਠੀਆਂ ਨਹੀਂ ਪਾ ਦੇਣੀਆਂ ਪੌਣੇ ਸੋ ਇਹ ਡਰਾਮੇ ਬੰਦ ਕਰੋ ਥਾਣਿਆਂ ਦੀ ਪੁਲਿਸ ਦਾ ਜੇ ਬੋਝ ਘਟਾਉਣਾ ਹੈ ਤਾਂ ਜਿਹੜੇ ਆ ਇੰਨੇ ਇੰਨੇ ਤੁਸੀਂ 700 ਬੰਦਾ ਤੁਸੀਂ ਨਹੀਂ ਫਿਰਦੇ ਹੋ ਪਰਿਵਾਰ ਲਈ ਫਿਰਦਾ ਤੁਹਾਡਾ ਮੰਤਰੀਆਂ ਦਾ ਪਰਿਵਾਰ ਲਈ ਫਿਰਦਾ ਐਮਐਲਏਆਂ ਦੇ ਪਰਿਵਾਰ ਦੇ ਮੈਂਬਰ ਲਈ ਫਿਰਦੇ ਨੇ ਉਹਨਾਂ ਨੂੰ ਥਾਣਿਆਂ 'ਚ ਭੇਜੋ ਅੱਧੀ ਪੁਲਿਸ ਡਿਪਰੈਸ਼ਨ ਦਾ ਸ਼ਿਕਾਰ ਹੋਈ ਪਈ ਆ ਇੰਨਾ ਬੋਝ ਉਹਨਾਂ ਤੇ ਕਦੇ ਤੀਜੀ ਤਰੀਕ ਤੇ ਲੈ ਕੇ ਆਉਣਾ ਛੱਡ ਕੇ ਆਉਣਾ ਗੱਲਾਂ ਤਾਂ ਲੱਛੇਦਾਰ ਕਰ ਦਿੱਤੀਆਂ ਪਰ ਦੇਣ ਦੀ ਵਾਰੀ ਕੀ ਆਈ ਕਹਿੰਦੇ ਜੀ ਇੱਕ ਜਨਮ ਦਿਨ ਦਾ ਕਾਰਡ ਭੇਜਾਂਗੇ ਉਹਦੇ ਘਰਾਂ ਤੇ ਤੁਹਾਡੇ ਰੂਪ ਲੱਗਦੇ ਨੇ ਸਾਰੇ ਪਰਿਵਾਰ ਦੇ ਕਦੇ ਮਾਤਾ ਜੀ ਕਦੇ ਭੈਣ ਜੀ ਕਦੇ ਤੁਹਾਡੇ ਧਰਮ ਪਤਨੀ ਆ ਪਰਸੋਂ ਚੌਥੇ ਵੀ ਪਟਿਆਲੇ ਕਿਸੇ ਉਹਦਾ ਉਦਘਾਟਨ ਕਰਕੇ ਆਏ ਨੇ ਜਿਵੇਂ 200-200 ਬੰਦਾ 400-400 ਬੰਦਾ ਉਹਨਾਂ ਦੇ ਅੱਗੇ ਰੂਟ ਤੇ ਲੱਗਿਆ ਹੋਇਆ ਉਹ ਬੋਝ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਾਂਦੇ ਜਾਂਦੇ ਇੱਕ ਪੰਜਾਬ ਦੇ ਮੁੱਖ ਮੰਤਰੀ ਦੀ ਵੀਡੀਓ ਦੇਖੀ ਕੱਲ ਦੀ ਸਪੀਚ ਆ ਕਿਸੇ ਫੰਕਸ਼ਨ ਦੀ ਤੇ ਬੜੀ ਲੰਬੇ ਸਮੇਂ ਬਾਅਦ ਉਹਨਾਂ ਦੇ ਮੂੰਹੋਂ ਸੱਚ ਮੈਂ ਸੁਣਿਆ ਨਹੀਂ ਤਾਂ ਆਮ ਤੌਰ ਤੇ ਇਹ ਸਾਰੀ ਪਾਰਟੀ ਜਾਂ ਮੁੱਖ ਮੰਤਰੀ ਝੂਠ ਦੇ ਰਬੜਾ ਬਣਾਉਂਦੇ ਨੇ ਕੱਲ ਇੱਕ ਬਿਆਨ ਸੁਣਿਆ ਪਹਿਲਾਂ ਮੈਂ ਤੁਹਾਨੂੰ ਸੁਣਾ ਦਿੰਦਾ ਫਿਰ ਉਹਦੇ ਤੇ ਮੈਂ ਬਾਅਦ ਚੋਂ ਗੱਲ ਕਰਦੇ ਹਾਂ ਸੋ ਇਹਨਾਂ ਨੂੰ ਇੱਕ ਛੁੱਟੀ ਵੀ ਕੀਤੀ ਹੈ ਇਹਨਾਂ ਦੇ ਜਨਮ ਦਿਨ ਜਿਵੇਂ 80,000 ਤੋਂ ਵੱਧ ਪੁਲਿਸ ਦੀ ਨੌਕਰੀ ਹੈ ਅਸੀਂ 80,000 ਦੇ 80,000 ਜਨਮ ਦਿਨ ਲੈ ਲਏ ਹਰ ਇੱਕ ਜਨਮ ਦਿਨ ਤੇ ਅੱਜ ਵੀ ਬਹੁਤ ਸਾਰੇ ਮੁੰਡਿਆਂ ਦੇ ਕੁੜੀਆਂ ਦੇ ਜਨਮ ਦਿਨ ਹੋਣਗੇ ਪੰਜਾਬ ਪੁਲਿਸ ਵੱਲੋਂ DGP ਦੇ ਸਾਈਨ ਕੀਤੇ ਹੋਏ ਤੇ ਮੇਰੇ ਵੱਲੋਂ ਮੁੱਖ ਮੰਤਰੀ ਵੱਲੋਂ ਸਾਈਨ ਕੀਤੇ ਹੋਏ ਪੰਜਾਬੀ ਦੇ ਵਿੱਚ ਬੜਾ ਵਧੀਆ ਵਧਾਈ ਦਾ ਕਾਰਡ ਉਹਨਾਂ ਦੇ ਘਰੇ ਜਾਂਦਾ ਕਿ ਤੁਸੀਂ ਪੁਲਿਸ ਦੇ ਕਿਉਂ ਇਹਦੇ ਨਾਲ ਮਾਨ ਸਤਿਕਾਰ ਬਣਦਾ ਕਿ ਹਾਂ ਸਾਡਾ ਮਹਿਕਮਾ ਸਾਨੂੰ ਮਾਣ ਇੱਜ਼ਤ ਦਿੰਦਾ ਇਸ ਕਰਕੇ ਆਹ ਵੀ ਅੱਜ ਜਿਹੜਾ ਸਮਾਗਮ ਹੈ ਇਹ ਮਾਣ ਇੱਜ਼ਤ ਹੀ ਦਿੱਤਾ ਤੁਹਾਨੂੰ ਹੋਰ ਅਸੀਂ ਵੀ ਤੁਹਾਡੀਆਂ ਕੋਈ ਕੋਠੀਆਂ ਨਹੀਂ ਪਾ ਦੇਣੀਆਂ ਪੌਣੇ ਸੋ ਮਾਨ ਸਾਹਿਬ ਕਹਿੰਦੇ ਵੀ ਅਸੀਂ ਇੱਜ਼ਤ ਮਾਣ ਹੀ ਦੇ ਸਕਦੇ ਹਾਂ ਹੋਰ ਕੋਈ ਕੋਠੀਆਂ ਕੋਠੀਆਂ ਤੁਹਾਡੇ ਕੋਲ ਪਾ ਸਕਦੇ ਮਾਨ ਸਾਹਿਬ ਜਦੋਂ ਤੁਸੀਂ ਵਿਰੋਧੀ ਧਿਰ ਵਿੱਚ ਸੀਗੇ ਉਦੋਂ ਤੁਸੀਂ ਕਹਿੰਦੇ ਹੁੰਦੇ ਸੀ ਆਹ ਕਿਸੇ ਦੇ ਧੀਆ ਪੁੱਤ ਨਹੀਂ ਸਟਾਈਲ ਜਿਹਾ ਫਿਰ ਵੀ ਉਹ ਕੱਲ ਵੀ ਉਹੀ ਸੀ ਵੀ ਉਹ ਕਹਿੰਦੇ ਧੀ ਪੁੱਤ ਨਹੀਂ ਅਸੀਂ ਇਸ ਗੱਲ ਦੇ ਹਾਮੀ ਹਾਂ ਕਿਉਂਕਿ ਥਾਣੇ ਦੇ ਵਿੱਚ ਪੁਲਿਸ ਤੇ ਬਹੁਤ ਬੋਝ ਹੈ ਕੰਮ ਦਾ ਤੇ ਉਹ ਬੋਝ ਵਧਾਉਣ ਦੀ ਬਜਾਏ ਤੁਸੀਂ ਘਟਾਇਆ ਹੋਇਆ ਜਿਵੇਂ ਤੁਹਾਡੇ ਰੂਪ ਲੱਗਦੇ ਨੇ ਸਾਰੇ ਪਰਿਵਾਰ ਦੇ ਕਦੇ ਮਾਤਾ ਜੀ ਕਦੇ ਭੈਣ ਜੀ ਕਦੇ ਤੁਹਾਡੇ ਧਰਮ ਪਤਨੀ ਆ ਪਰਸੋਂ ਚੌਥੇ ਵੀ ਪਟਿਆਲੇ ਕਿਸੇ ਉਹਦਾ ਉਦਘਾਟਨ ਕਰਕੇ ਆਏ ਨੇ ਜਿਵੇਂ 200-200 ਬੰਦਾ 400-400 ਬੰਦਾ ਉਹਨਾਂ ਦੇ ਅੱਗੇ ਰੂਟ ਤੇ ਲੱਗਿਆ ਹੋਇਆ ਉਹ ਬੋਝ ਨਹੀਂ ਤੁਸੀਂ ਕਹਿੰਦੇ ਹੋ ਥਾਣਿਆਂ ਦੀ ਪੁਲਿਸ ਬੋਝ ਦੇ ਵਿੱਚ ਅਸੀਂ ਮੰਨਦੇ ਹਾਂ ਇਸ ਗੱਲ ਕਿ ਥਾਣਿਆਂ 'ਚ ਪੁਲਿਸ ਬੋਝ ਆ ਅੱਧੀ ਪੁਲਿਸ ਡਿਪਰੈਸ਼ਨ ਦਾ ਸ਼ਿਕਾਰ ਹੋਈ ਪਈ ਆ ਇੰਨਾ ਬੋਝ ਉਹਨਾਂ ਦੇ ਕਦੇ ਤੀਜੀ ਤਰੀਕ ਤੇ ਲੈ ਕੇ ਆਉਣਾ ਛੱਡ ਕੇ ਆਉਣਾ ਗੱਲਾਂ ਤਾਂ ਲੱਛੇਦਾਰ ਕਰ ਦਿੱਤੀਆਂ ਪਰ ਦੇਣ ਦੀ ਵਾਰੀ ਕੀ ਆਈ ਕਹਿੰਦੇ ਜੀ ਇੱਕ ਜਨਮ ਦਿਨ ਦਾ ਕਾਰਡ ਭੇਜਾਂਗੇ ਉਹਦੇ ਘਰਾਂ ਤੁਹਾਡੇ ਸਟਾਈਲ 'ਚ ਗੱਲ ਕਰਦਾ ਮੈਂ ਕਹਿੰਦੇ ਹੋਰ ਨਹੀਂ ਬਸ ਅਸੀਂ ਮਾਣ ਸਤਿਕਾਰ ਹੀ ਦੇ ਸਕਦੇ ਹਾਂ ਇਹਦੇ ਨਾਲ ਉਹਦੀ ਡਿਪਰੈਸ਼ਨ ਘੱਟ ਜੂ ਇਹਦੇ ਨਾਲ ਉਹਦਾ ਬੋਝ ਘੱਟ ਜੂ ਘਟਾਉਣਾ ਜਿਹੜਾ ਰੂਟ ਜਿਹੜੇ ਇੰਨੇ ਨੇ 40-40 ਕਰਨ ਮੈਂ ਤੁਹਾਡੇ MLA ਮੰਤਰੀ ਉਹਦੇ ਪਰਿਵਾਰ ਨਹੀਂ ਫਿਰਦੇ ਨੇ ਉਹ ਘਟਾਓ ਜਿਹੜਾ ਤੁਸੀਂ ਡਰਾਮਾ ਕਰਦੇ ਸੀ ਥਾਣੇ 'ਚ ਪੁਲਿਸ ਵਧਾਓ ਵਧੇਗੀ ਤਾਂ ਉਹਨਾਂ ਦਾ ਕੰਮ ਵੰਡਿਆ ਜਾਏਗਾ ਤਾਂ ਘਟੇਗਾ ਉਹ ਤਾਂ ਹੋਏਗਾ ਜੇ ਤੁਸੀਂ ਇਹ ਡਰਾਮੇ ਬੰਦ ਕਰੋਗੇ ਤੁਸੀਂ ਕਹਿੰਦੇ ਸਿਕਿਉਰਟੀਆਂ ਲਈ ਫਿਰਦੇ ਨੇ ਦੂਜਾ ਤੁਸੀਂ ਆਹ ਮੰਨੀ ਜਾਂਦੇ ਹੋ ਕਿ ਅਸੀਂ ਮਾਨ ਸਤਿਕਾਰ ਮਾਨ ਸਾਹਿਬ ਤੁਹਾਡਾ ਵੀ ਅਗਲੀਆਂ ਵੋਟਾਂ 'ਚ ਪੰਜਾਬ ਦੇ ਲੋਕ ਮਾਨ ਸਤਿਕਾਰੀ ਕਰਨਗੇ ਬਸ ਵੋਟ ਲਾ ਦੇਣਗੇ ਝੰਡਾ ਲਾ ਦੇਣਗੇ ਕਿ ਤੁਹਾਡੀ ਸਰਕਾਰ ਹੈ ਧੱਕਾ ਕਰ ਦਿਓ ਚੈਨਲ ਵਾਲੇ ਇੱਕ ਕੱਲ੍ਹ ਵੀ ਚੈਨਲ ਬੰਦ ਹੋ ਗਿਆ ਹਾਲਾਤ ਇਹ ਨੇ ਇਹ ਤੋਂ ਵੱਧ ਧੱਕਾ ਅਸੀਂ ਹੋਰ ਜਰ ਨਹੀਂ ਸਕਦੇ ਜਿੰਨਾ ਤੁਸੀਂ ਧੌਣ ਦੇ ਗੋਡਾ ਮੀਡੀਆ ਤੇ ਸਾਰਿਆਂ ਦੇ ਰੱਖਿਆ ਹੋਇਆ ਸੋ ਇਹ ਡਰਾਮੇ ਬੰਦ ਕਰੋ ਥਾਣਿਆਂ ਦੀ ਪੁਲਿਸ ਦਾ ਜੇ ਬੋਝ ਘਟਾਉਣਾ ਹੈ ਤਾਂ ਜਿਹੜੇ ਆ ਇੰਨੇ ਇੰਨੇ ਤੁਸੀਂ 700 ਬੰਦਾ ਤੁਸੀਂ ਨਹੀਂ ਫਿਰਦੇ ਹੋ ਪਰਿਵਾਰ ਨਹੀਂ ਫਿਰਦਾ ਤੁਹਾਡਾ ਮੰਤਰੀਆਂ ਦਾ ਪਰਿਵਾਰ ਨਹੀਂ ਫਿਰਦਾ ਐਮਐਲਏਆਂ ਦੇ ਪਰਿਵਾਰ ਦੇ ਮੈਂਬਰ ਨਹੀਂ ਫਿਰਦੇ ਨੇ ਉਹਨਾਂ ਨੂੰ ਥਾਣਿਆਂ 'ਚ ਭੇਜੋ ਅਸਲੀ ਕੰਮ ਜਿਹੜਾ ਕਰਨ ਵਾਲਾ ਥਾਣਿਆਂ 'ਚ ਗਿਣਤੀ ਜੇ ਕਿਸੇ 'ਚ 20-25 ਮੁਲਾਜ਼ਮ ਨੇ ਜੇ 40 ਹੋਏਗੀ ਤਾਂ ਆਪ ਹੀ ਬੋਝ ਘੱਟ ਜਾਏਗਾ ਉਹਨਾਂ ਦਾ ਸੋ ਲੱਛੇਦਾਰ ਗੱਲਾਂ ਛੱਡੋ ਤੇ ਕੰਮ ਵੱਲ ਧਿਆਨ ਦਿਓ ਆਪ ਹੀ ਮੰਨੀ ਜਾਂਦੇ ਹੋ ਕਿ ਇਸਦਾ ਮਾਨ ਸਤਿਕਾਰ ਹੀ ਕਰ ਸਕਦੇ ਹੋ ਤੁਸੀਂ ਕਰ ਵੀ ਮਾਨ ਸਤਿਕਾਰ ਹੀ ਸਕਦੇ ਹੋ ਉਹ ਵੀ ਗੱਲਾਂ ਨਾਲ ਹੀ ਪ੍ਰੈਕਟੀਕਲ ਜੋ ਵੀ ਨਹੀਂ ਪਤਾ ਤੁਸੀਂ ਕਰਨਾ ਕਿ ਨਹੀਂ ਕਰਨਾ ਸੋ ਇਸ ਲਈ ਜਿਹੜਾ ਬਦਲਾਅ ਹੈ ਉਹ ਲੋਕਾਂ ਨੇ ਪੰਜਾਬ ਦੇ ਨੇ ਬਖੂਬੀ ਦੇਖ ਲਿਆ ਇਹ ਬਦਲਾਅ ਹੈ
ਬਾ ਕਹਿੰਦੇ ਅਸੀਂ ਤੁਹਾਡਾ ਮਾਣ ਸਤਿਕਾਰ ਕਰ ਦਾਂਗੇ ਜੀ, ਕਰਨ ਕਰਾਉਣ ਨੂੰ ਕੱਖ ਨਹੀਂ ਸਾਡੇ। ਆ ਤੁਸੀਂ ਆਪ ਹੀ ਵੀਡੀਓ ਸੁਣਨੀ ਤੇ ਆ ਵੀਡੀਓ ਮੈਂ ਇਕੱਲੀ ਅਪਲੋਡ ਵੀ ਬਾਅਦ ਚ ਫੇਸਬੁੱਕ ਤੇ ਕਰ ਦੂੰਗਾ, ਉੱਥੋਂ ਸਾਰੀ ਚੰਗੀ ਤਰ੍ਹਾਂ ਦੇਖ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।